ਭੈਣੇ ਗੱਲ ਸੁਣ ਮੇਰੀ, ਮੇਰੀ ਯਾਰ ਦੋਸਤ ਆ ਰਹੇ ਨੇ, ਚਾਹ ਬਣਾ ਲੈ। ਠੀਕ ਹੈ ਵੀਰੇ। ਦੀਦੀ ਵੀਰੇ ਦੇ ਦੋਸਤ ਆ ਰਹੇ ਆ, ਚਾਹ ਬਣਾ ਦੇ। ਠੀਕ ਹੈ, ਮੈਂ ਬਣਾ ਦਿੰਦੀ ਹਾਂ। ਉਹ ਬੈਠਾ ਦੀਪ, ਉਹ ਸ਼ੁਕਰ ਪਹੁੰਚ ਗਿਆ, ਠੰਡ ਬਹੁਤ ਸੀ। ਚੱਲ ਚਾਹ ਪੀ ਲੈ। ਕਿਵੇਂ ਜੈਸ਼ਨਾ? ਵਧੀਆ ਵਧੀਆ ਦੀਪ। ਚੱਲ ਬਹਿ ਜਾ, ਬਹਿ ਜਾ। ਚਾਹ ਬਣੀ ਪਈ ਐ, ਤੁਸੀਂ ਠੰਡ ਕਾ ਤੋਂ ਮੰਨਣੇ ਵੇ ਨਹੀਂ? ਇੰਨੀ ਤਾਂ ਠੰਡ ਹੋਈ ਐ, ਲੱਗਦਾ ਠੰਡ ਤਾਂ ਮਾਰੂਗੀ ਇਸ ਵਾਰ। ਕੋਈ ਐਵੇਂ ਨਹੀਂ, ਕੁਝ ਹੁੰਦਾ ਤੁਹਾਨੂੰ ਮੈਂ ਚਾਹ ਪਿਆਨਾ। ਆਹੋ ਚੱਲ ਠੀਕ ਆ, ਪਹਿਲੇ ਚਾਹ ਲੈ ਕੇ ਆਈ। ਮੈਂ ਪੀ ਹੋਈ ਚਾਹ। ਮੈਂ ਵੀਰੇ ਆਇਆ 2 ਮਿੰਟ ਯਾਰ ਅੰਦਰ ਜਾ ਕੇ। ਠੀਕ ਹੈ। ਹੋਰ ਫਿਰ ਚੱਲ ਕੋਈ ਨੀ, ਆਪਾਂ ਬਹਾਨੇ ਨਾਲ ਆ ਜਾਇਆ ਕਰਾਂਗੇ ਕਦੇ, ਹਾਲ ਚਾਲ ਪੁੱਛਣ ਨਾਲ। ਦਿਨ ਚ ਚਾਰ ਵਾਰ ਤਾਂ ਕਿਹੜਾ ਵੱਜੇ ਜਾਣਾ ਉਰੇ? ਮੈਂ ਕਹਿੰਦਾ ਸਹੀ ਗੱਲ ਹੈ ਯਾਰ, ਦੀਪ ਹੈਗਾ ਜਦ ਆਪਣੇ ਕੋਲ ਯਾਰ। ਹਾਂ ਨਾਲੇ ਆਪਣੇ ਨਾਲ ਹੌਲੀ ਹੌਲੀ ਸੈੱਟ ਵੀ ਤਾਂ ਹੋਣਗੀਆਂ, ਟਾਈਮ ਤਾਂ ਲੱਗਦਾ ਹੁੰਦਾ ਯਾਰ। ਚੱਲ ਆਹੋ ਐ ਤਾਂ ਪੜਦਾ ਕੋਈ ਪਾਉਂਦਾ ਦਿਖਾਉਣਗੀਆਂ ਪਹਿਲਾਂ ਪਹਿਲਾਂ, ਕੋਈ ਚੱਕਰ ਨੀ, ਕਰ ਲਾਂਗੇ ਸੈੱਟ ਤਾਂ ਆਰਾਮ ਨਾਲ ਯਾਰ। ਚੱਲ ਚੁੱਪ ਹੋ ਯਾਰ, ਦੀਪ ਆ ਗਿਆ। ਉਹ ਚੱਲ ਆਇਆ ਗੜੀ ਗੜੀ ਮਾਰ ਕੇ। ਜੇ ਕੋਈ ਨਾ ਨਾ, ਮੈਂ ਤਾਂ ਬੜਾ ਕੰਮ ਕਰਨਾ ਯਾਰ ਅਜੇ। ਅੱਛਾ ਚੱਲ ਫਿਰ ਕੋਈ ਨੀ, ਅਸੀਂ ਕੱਲ ਨੂੰ ਪਾਸੋਂ ਨੂੰ ਗੇੜਾ ਮਾਰਦੇ ਆ। ਓ ਯਾਰ ਤੁਹਾਡਾ ਆਪਣਾ ਘਰ ਹੈ, ਜਦੋਂ ਮਰਜ਼ੀ ਆਓ ਯਾਰ। ਅੱਛਾ ਓ ਯਾਰ, ਐ ਤਾਂ ਆਪਾਂ ਪੱਕੇ ਦੋਸਤ ਆ, ਤੂੰ ਸਾਡੇ ਘਰ ਵੀ ਆ ਜਾ ਕਰਨ ਵਾਲੇ। ਓ ਨਾ ਨਾ ਯਾਰ, ਮੈਨੂੰ ਤਾਂ ਕੰਮ ਬਹੁਤ ਹੁੰਦੇ ਨੇ ਯਾਰ। ਅੱਛਾ ਚੱਲ ਕੋਈ ਨੀ, ਫਿਰ ਅਸੀਂ ਪਾਸੋਂ ਨੂੰ ਆਵਾਂਗੇ। ਠੀਕ ਆ ਪੂਰਾ, ਜਦੋਂ ਮਰਜ਼ੀ ਆਓ ਯਾਰ, ਤੁਹਾਡਾ ਆਪਣਾ ਘਰ। ਤੁਹਾਡਾ ਸਾਡੀ ਜਾਨ, ਆਪਦਾ ਖਿਆਲ ਕੋਈ ਰੱਖੇਗਾ। ਠੀਕ ਆ, ਆਓ ਸਵੇਰੇ ਆਓ, ਕੋਈ ਚੱਕਰ ਨਹੀਂ ਹੈਗਾ। ਠੀਕ ਆ ਠੀਕ ਆ, ਚੱਲ ਚੱਲੀਏ ਫਿਰ ਆਪਾਂ। ਚੱਲ ਚੱਲ ਠੀਕ ਆ ਵੀਰੇ, ਅਸੀਂ ਚੱਲਦੇ ਆ। ਚੱਲ ਠੀਕ ਆ ਵੀਰੇ, ਓਕੇ। ਚੱਲ ਠੀਕ ਆ, ਜਾਣ ਮਿਲਦੇ ਛੇਤੀ ਆਪਾਂ। ਓਕੇ ਓਕੇ। ਬੇਟਾ ਤੂੰ ਆਪਣੇ ਯਾਰਾਂ ਦੋਸਤਾਂ ਨੂੰ ਨਾ ਬਾਹਰ ਹੀ ਮਿਲਿਆ ਕਰ, ਘਰ ਨਾ ਲਿਆ ਕਰ, ਅੱਜ ਕੱਲ ਜ਼ਮਾਨਾ ਠੀਕ ਨਹੀਂ ਹੈਗਾ। ਨਹੀਂ ਨਹੀਂ ਬਾਪੂ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਉਹ ਭੈਣਾਂ ਨੂੰ ਭੈਣ ਹੀ ਮੰਨਦੇ ਨੇ। ਚੱਲ ਠੀਕ ਹੈ ਬੇਟਾ, ਕੋਈ ਨਹੀਂ। ਉਹ ਕਿਵੇਂ ਆ? ਉਹ ਵਧੀਆ ਵਧੀਆ। ਕੀ ਹਾਲ ਆ? ਬਸ ਵਧੀਆ ਵਧੀਆ, ਤੂੰ ਦੱਸ ਕੀ ਹਾਲ? ਵਧੀਆ ਵਧੀਆ। ਕਿੱਧਰ ਚੱਲੇ ਸੀ? ਉਹ ਬਸ ਭੈਣਾਂ ਨੂੰ ਕਾਲਜ ਛੱਡਣ ਚੱਲਿਆ ਸੀ। ਅੱਛਾ ਕੋਈ ਨੀ, ਅਸੀਂ ਛੱਡ ਆਇਆ ਕਰਾਂਗੇ ਯਾਰ। ਹੱਦ ਹੋ ਗਈ, ਜੇ ਤੈਨੂੰ ਕੰਮ ਹੁੰਦਾ ਅਸੀਂ ਛੱਡ ਆਇਆ ਕਰਾਂਗੇ। ਸਾਨੂੰ ਬਾਬਾ ਦਾ ਰਾਡੀਆਂ ਵੀ ਤੇ ਭੈਣਾਂ ਹੀ ਲੱਗਦੀਆਂ ਨੇ। ਆਹੋ ਹਾਂ ਹਾਂ ਠੀਕ ਆ ਠੀਕ ਆ, ਤੇ ਕੋਈ ਨਾ ਅੱਗੇ ਦੱਸਦਾ ਕਰਾਂਗਾ ਮੈਂ, ਕੋਈ ਚੱਕਰ ਨੀ ਫੋਨ ਕਰਕੇ। ਨਹੀਂ ਤਾਂ ਯਾਰ ਕੋਈ ਨੀ, ਜੇ ਤੈਨੂੰ ਕੰਮ ਆ ਤਾਂ ਕੋਈ ਨੀ ਅਸੀਂ ਛੱਡ ਆਉਂਦੇ, ਟੈਨਸ਼ਨ ਨਾ ਲੈ। ਠੀਕ ਆ ਚੱਲ ਫਿਰ, ਚੱਲ ਠੀਕ ਆ ਫਿਰ ਅਸੀਂ ਛੱਡ ਆਉਂਦੇ ਆ। ਹੋਰ ਜਾ ਛੱਡ ਆਓ ਯਾਰ, ਮੈਨੂੰ ਕੰਮ ਜਾ ਸੀ। ਚੱਲ ਠੀਕ ਆ, ਬਣ ਗਏ ਕੰਮ। ਚਲੋ ਹੋਰ ਸੁਣਾਓ, ਵਧੀਆ। ਕਿੰਨੇ ਵਜੇ ਫਿਰ ਛੁੱਟੀ ਹੁੰਦੀ ਆ ਤੁਹਾਨੂੰ? 2 ਵਜੇ। 2 ਵਜੇ ਛੁੱਟੀ ਹੁੰਦੀ ਆ? ਹਾਂਜੀ। ਠੀਕ ਹੈ ਜੀ, ਤੁਸੀਂ ਦੱਸੋ ਕੀ ਕਰਦੇ ਹੋ ਸਟੱਡੀ ਚ? ਵੀਵੋ। ਵੀਵੋ ਕਰਦੇ ਹੋ? ਉਸ ਤੋਂ ਬਾਅਦ ਕੀ ਕਰਨਾ ਤੁਸੀਂ ਫਿਰ? ਇਸ ਤੋਂ ਬਾਅਦ ਮੈਂ ਇਹ ਕੰਟੀਨਿਊ ਕਰਨੀ ਹੈ। ਠੀਕ ਹੈ ਜੀ, ਠੀਕ ਹੈ। ਤੇ ਫਿਰ ਤੁਸੀਂ 2 ਵਜੇ ਤੋਂ ਬਾਅਦ ਤੁਸੀਂ ਘਰੇ ਕੀ ਕਰਦੇ ਹੁੰਦੇ ਹੋ? ਘਰੇ ਪੜ੍ਹਾਈ। ਅੱਛਾ, ਪੜ੍ਹਾਈ ਕਰਦੇ ਹੁੰਦੇ ਹੋ? ਹਾਂਜੀ। ਓਕੇ ਓਕੇ। ਤੁਹਾਡੀ ਇੰਸਟਾਗ੍ਰam ਆਈਡੀ ਹੈਗੀ ਆ? ਹਾਂਜੀ। ਓਕੇ ਓਕੇ, ਠੀਕ ਹੈ ਠੀਕ ਹੈ। ਯਾਰ ਤੁਸੀਂ ਇਦਾਂ ਕਰੋ ਯਾਰ, ਦੇਖੋ ਨਾ ਆਪਾਂ ਇਕੱਠੇ ਤਾਂ ਜਾਇਆ ਹੀ ਕਰਨਾ, ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ, ਤੁਹਾਨੂੰ ਫੋਨ ਕਰ ਲਿਆ ਕਰੂੰਗਾ, ਤੁਸੀਂ ਘਰ ਦੇ ਬਾਹਰ ਆ ਕੇ ਤੇ ਆਪਾਂ ਚੱਲਿਆ ਕਰਾਂਗੇ ਇਕੱਠੇ ਦੋਏ। ਠੀਕ ਹੈ ਠੀਕ ਹੈ, ਇਦਾਂ ਕਰ ਲੈਂਦੇ ਆਪਾਂ। ਤੇ ਤੁਸੀਂ ਮੈਨੂੰ ਜਾਂ ਨੰਬਰ ਦੇ ਦਿੰਦੇ ਜਾਂ ਇੰਸਟਾ ਆਈਡੀ ਦੇ ਦਿੰਦੇ, ਹਨਾ ਤੁਹਾਨੂੰ ਪਤਾ ਹੁਣ ਜਾਣਾ, ਕਈ ਵਾਰ ਇਹ ਨਹੀਂ ਹੁੰਦਾ ਫਿਰ ਮੈਂ ਆ ਜਾ ਕਰੂੰਗਾ, ਵੈਸੇ ਤਾਂ ਅਸੀਂ ਦੋਏ ਇਕੱਠੇ ਆਉਂਦੇ ਹਾਂ, ਕਈ ਵਾਰ ਚੱਲੇ ਤਾਂ ਨਹੀਂ ਟਾਈਮ ਹੁੰਦਾ। ਠੀਕ, ਤੁਸੀਂ ਮੈਨੂੰ ਨੰਬਰ ਦੇ ਦਿਓ ਆਪਦਾ। ਠੀਕ ਹੈ ਠੀਕ ਹੈ, ਥੋੜਾ ਫਿਰ ਨੰਬਰ ਤਾਂ ਲਿਖਾ ਦਿਓ ਮੈਨੂੰ ਯਾਰ, ਮੈਨੂੰ ਤੁਹਾਡੇ ਵਾਲਾ ਲਿਖਾ ਦਿਓ, ਇਹ ਵਾਰ ਨਾ ਲੱਗੇ ਨਾ ਤਾਂ ਫਿਰ ਮੈਨੂੰ ਲੋਡ ਪੈ ਜਾਂਦੀ ਹੈ ਨਾ। ਬੋਲੋ ਨੰਬਰ, ਆ ਡਾਇਲ ਕਰ ਦਿਓ ਨੰਬਰ ਆਪਣਾ ਇੱਥੇ। 59 08 08।
ਬਸ ਠੀਕ ਹੈ, ਡਨ ਹੈ, ਡਨ ਸਭ ਕੁਝ। ਅੱਛਾ ਫਿਰ ਮੈਨੂੰ ਇਹ ਦੱਸੋ ਵੀ ਤੁਸੀਂ ਫ੍ਰੀ ਹੁੰਦੇ ਹੋ, ਫਿਰ ਉਹਦੇ ਬਾਅਦ ਚੋਂ ਮਤਲਬ ਆਪਾਂ ਇੱਧਰ ਉੱਧਰ ਘੁੰਮਣ ਫਿਰਨ ਜਾ ਸਕਦੇ ਹਾਂ। ਯਕੀਨ ਰੱਖੋ ਉੱਦਾਂ ਸਾਡਾ ਹਨਾ ਕੋਈ ਚੱਕਰ ਨਹੀਂ ਹੈਗਾ, ਤੂੰ ਕਹਿੰਦੇ ਆਪਾਂ ਇੱਕ ਸਟੱਡੀ ਤੋਂ ਬਾਅਦ ਰਿਫਰੈਸ਼ਮੈਂਟ ਮਿਲ ਜਾਂਦੀ ਹੈ ਬੰਦੇ ਨੂੰ। ਹਾਂਜੀ ਹਨਾ, ਠੀਕ ਹੈ। ਯਾਰ ਤੈਨੂੰ ਮੁੰਡੇ ਕਿੱਦਾਂ ਲੱਗੇ? ਵਧੀਆ ਸੀ, ਤੂੰ ਆਪਣੇ ਭਾਈ ਦੇ ਦੋਸਤ ਵੀ ਆ। ਦੋਸਤਾਂ ਨਹੀਂ, ਮੈਨੂੰ ਕੁਛ ਹੋਰ ਹੀ ਲੱਗਦੇ ਆ। ਸਮਝ ਗਈ ਮੈਂ। ਤੁਸੀਂ ਕੀ ਸੋਚਿਆ ਉਹਨਾਂ ਬਾਰੇ? ਜੋ ਤੁਸੀਂ ਸੋਚਿਆ। ਸਮਝ ਗਈ ਮੈਂ। ਯਾਰ ਉਹ ਆਪਾਂ ਨੂੰ ਮਿਲਣ ਆ ਰਹੇ, ਮੈਨੂੰ ਉਹਨਾਂ ਦਾ ਫੋਨ ਆਇਆ ਸੀਗਾ। ਅੱਛਾ ਠੀਕ, ਕਿਤੇ ਬਾਪੂ ਤੇ ਵੀਰਾ ਵੀ ਨਾ ਆ ਜਾਵੇ? ਨਹੀਂ, ਉਹ ਤਾਂ ਸ਼ਾਮ ਨੂੰ 6 ਵਜੇ ਤੱਕ ਆਉਣਗੇ, ਤਾਂ ਕੰਮ ਗਏ ਆ ਨਾ। ਚਲੋ ਠੀਕ ਹੈ। ਕਿਵੇਂ ਹੋ? ਠੀਕ ਹੋ? ਵਧੀਆ। ਅੱਜ ਹਾਂਜੀ ਠੀਕ ਹੈ। ਯਾਰ ਕਿਤੇ ਤੁਹਾਡੇ ਬਾਪੂ ਤੇ ਵੀਰਾ ਵੀ ਨਾ ਆਏ ਅੱਜ? ਨਹੀਂ, ਉਹ ਤਾਂ ਸ਼ਾਮ ਨੂੰ ਹੀ ਆਣਗੇ 6 ਵਜੇ ਤੱਕ। ਫਿਰ ਤਾਂ ਲੋਟ ਹੈ। ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ? ਨਹੀਂ, ਉਹ ਤਾਂ 6 ਵਜੇ ਆਣਗੇ ਸ਼ਾਮ ਨੂੰ। ਮੇਰੀਆਂ ਤਾਂ ਲੱਤਾਂ ਹੀ ਕੰਬੀ ਜਾਂਦੀਆਂ ਨੇ। ਨਹੀਂ ਨਹੀਂ, ਕੋਈ ਟੈਨਸ਼ਨ ਨਹੀਂ। ਡਰ ਤਾਂ ਹੁੰਦਾ ਹੈ ਦੀਦੀ ਕੰਦਰ ਆਪਣੇ। ਹਾਂਜੀ, ਰੋਟੀ ਖਾਓਗੇ? ਹਾਂ ਖਾ ਲਾਂਗੇ ਯਾਰ, ਬਾਪੂ ਤਾਂ ਨਹੀਂ ਆਊਗਾ? ਨਹੀਂ ਨਹੀਂ, ਤੁਸੀਂ ਕਾਹਤੇ ਟੈਨਸ਼ਨ ਲੈਂਦੇ ਹੋ? ਚਲ ਤੁਸੀਂ ਦੋਨੋਂ ਬੈਠੋ, ਮੈਂ ਚਾਹ ਲੈ ਕੇ ਆਉਂਦੀ ਹਾਂ। ਇਹ ਤਾਂ ਹੁਣ ਪੱਕੀਆਂ ਸੱਟ ਨੇ ਆਪਣੇ ਨਾਲ, ਹੁਣ ਤਾਂ ਗੱਲ ਜਮਾ ਹੀ ਸੱਟ ਆ ਗਈ। ਕੰਮ ਤਾਂ ਲੋਟ ਆ ਗਿਆ ਹੁਣ ਆਪਣਾ ਜਮਾ ਹੀ। ਪੁੱਤ 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 ਪੁੱਤ।